ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਤੋਂ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮਾਨ ਸਰਕਾਰ ਵੱਲੋਂ ਵਿੱਤੀ ਮਦਦ ਜਾਰੀ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਨਾਲ ਇੱਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਦੇ ਤਹਿਤ 5 ਲੱਖ ਰੁਪਏ ਪ੍ਰਤੀ ਪਰਿਵਾਰ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਦੋਸਤੋ ਤੁਸੀਂ ਇਸ ਰਾਸ਼ੀ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਇਸ ਜਾਨੋ ਲਿਖ ਸਕਦੇ ਉਹਨਾਂ ਨੇ ਕਿਹਾ ਜੀ ਹੁਣ ਤੱਕ ਪੰਜਾਬ ਸਰਕਾਰ ਨੇ 39.55 55 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਜਾਰੀ ਕਰ ਦਿੱਤੀ ਹੈ ਤੇ 790 ਕਿਸਾਨਾਂ ਦੇ ਪਰਿਵਾਰਾਂ ਦੀ ਵਿੱਤੀ ਮਦਦ ਕੀਤੀ ਗਈ ਹੈ। ਪੰਜਾਬ ਪਵਨ ਚ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿੰਨ ਦਿਨਾਂ ਚੁਹੀ ਵਿੱਤੀ ਮਦਦ ਜਾਰੀ ਕਰ ਦਿੱਤੀ ਗਈ ਹੈ। ਮੈਂ ਪੀ ਪੀਐਮ ਦੇ ਮੂੰਹ ਤੇ ਆਖ ਦਿੱਤਾ ਸੀ ਕਿ ਸਿੱਖਾਂ ਨਾਲ ਪੰਗਾ ਨਾ ਲਿਓ ਸਤਿਆਪਾਲ ਮਲਕ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਕ ਨੇ ਜਲੰਧਰ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਨਹੀਂ ਆ ਇੱਥੇ ਬਿਆਸਪਿੰਡ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸਮਰਪਿਤ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਲਕ ਨੇ ਕੇਂਦਰੀ ਅਧਿਕਾਰੀਆਂ ਤੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਸ਼ੁਰੂ ਤੋਂ ਕਿਸਾਨਾਂ ਦੇ ਵਿਰੋਧ ਨੂੰ ਸ਼ਾਂਤਮਈ ਢੰਗ ਨਾਲ ਜਿਆ ਫਿਰ ਕਿਸਾਨਾਂ ਨੇ ਦਬਾਅ ਦੇ ਕਰਕੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਹਾਲਾਂਕਿ ਨਿਸ਼ਚਿਤ ਜੋ ਵਾਅਦੇ ਕੀਤੇ ਗਏ ਸਨ ਉਹ ਅਜੇ ਵੀ ਪੂਰੇ ਨਹੀਂ ਕੀਤੇ ਗਏ ਐਸਐਮਐਸਪੀ ਦੀ ਕਾਨੂੰਨੀ ਗਰੰਟੀ ਵੀ ਨਹੀਂ ਦਿੱਤੀ ਗਈ ਸੱਤਿਆਪਾਲ ਮਾਲਕ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਵਿੱਤਰ ਧਰਤੀ ਹੈ ਮੈਂ ਪੰਜਾਬ ਨੂੰ ਸਿਰ ਝੁਕਾਉਂਦਾ ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦਾ ਹਾਂ ਇੱਥੇ ਆਉਣਾ ਮੇਰੇ ਲਈ ਕੁੰਬ ਦੇ ਮੇਲੇ ਵਰਗਾ ਹੈ ਮੈਂ ਇਹ ਤਾਂ ਨਹੀਂ ਜਾਣਦਾ ਕਿ ਕਿੱਥੇ ਜਾ ਕੇ ਕਿੰਨਾ ਪੁੰਨ ਮਿਲਦਾ ਪਰ ਖਾਸ ਤੌਰ ਤੇ ਪੰਜਾਬ ਆਉਣ ਤੇ ਬਹੁਤ ਪੁੰਨ ਲੱਗਦਾ ਮੈਂ ਕੋਈ ਕਰਮਾਤ ਨਹੀਂ ਕੀਤੀ ਮੇਰਾ ਜੋ ਫਰਜ਼ ਸੀ ਮੈਂ ਕੀਤਾ ਇਕੱਠ ਨੂੰ ਸੰਬੋਧਨ ਕਰਦਿਆਂ ਮਲਕ ਨੇ ਕਿਹਾ ਕਿ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਸ਼ਾਂਤ ਰਹਿਣ ਦਾ ਸਮਝਾ ਦਿੱਤਾ ਉਹਨਾਂ ਨੇ ਕਿਹਾ ਜੇਕਰ ਮੈਂ ਰਹਿਤਾ ਮੈਨੂੰ ਉਪ ਰਾਸ਼ਟਰਪਤੀ ਬਣਾ ਦਿੱਤਾ ਜਾਵੇਗਾ ਜਾਂ ਕੋਈ ਹੋਰ ਵੱਡਾ ਅਹੁਦਾ ਦਿੱਤਾ ਜਾਵੇਗਾ ਹਾਲਾਂਕਿ ਮੈਂ ਕਿਹਾ ਕਿ ਮੈਨੂੰ ਚੁੱਪ ਕਰਾਉਣ ਲਈ ਅਜਿਹਾ ਕੋਈ ਅਹੁਦਾ ਨਹੀਂ ਚਾਹੀਦਾ ਜਿਸ ਨਾਲ ਮੈਂ ਚੁੱਪ ਹੋ ਜਾਵਾਂ ਤੁਹਾਨੂੰ ਸੱਚ ਦੱਸਦਾ ਹਾਂ ਮੇਰੀ ਕਲਮ ਹਰ ਸਮੇਂ ਅਸਤੀਫਾ ਸੰਕੇਤ ਦੇਣ ਦੇ ਯੋਗ ਹੈ ਮੈਂ ਦੇਖਿਆ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ 4 ਮਹੀਨਿਆਂ ਤੋਂ ਸੜਕਾਂ ਤੇ ਬੈਠੇ ਨੇ ਕੋਈ ਸੁਣਵਾਈ ਨਹੀਂ ਹੋਈ ਤਾਂ ਮੈਂ ਤੰਗ ਆ ਕੇ ਪ੍ਰਧਾਨ ਮੰਤਰੀ ਕੋਲੇ ਇਹ ਸਮੱਸਿਆ ਉਠਾਈ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਨੂੰ ਘਰੇ ਭੇਜੋ ਉਹਨਾਂ ਨੇ ਕਿਹਾ ਕਿ ਮਲਕ ਤੂੰ ਕਿਉਂ ਚਿੰਤਾ ਕਰਦਾ ਆਪੇ ਚਲੇ ਜਾਣਗੇ ਮਤਲਬ ਕਿ ਪੀਐਮ ਮੋਦੀ ਨੇ ਮੇਰੀ ਇਸ ਗੱਲ ਨੂੰ ਹਲਕੇ ਦੇ ਵਿੱਚ ਲਿਆ ਸਿਆਸੀ ਗਲਿਆਰਿਆਂ ਚੋਂ ਪੂਰੀ ਤਰ੍ਹਾਂ ਗਾਇਬ ਹੋਏ ਚੰਨੀ ਪਾਰਟੀ ਤੋਂ ਵਟਿਆ ਪਾਸਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਏ ਗਏ ਸਾਬਕਾ ਮੁੱਖ ਮੰਤਰੀ ਚੰਨੀ ਹੁਣ ਸਿਆਸੀ ਗਲਿਆਰਿਆਂ ਦੇ ਵਿੱਚੋਂ ਗਾਇਬ ਦਿਖਾਈ ਦੇ ਰਹੇ ਨੇ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਾਂਗਰਸ ਨੇ ਉੱਤਰ ਪ੍ਰਾਰਧ ਵਿੱਚ ਪਹਿਲੀ ਵਾਰ ਪਛੜੀ ਜਾਤੀ ਨਾਲ ਸਬੰਧਤ ਆਗੂ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਚੰਨੀ ਨੇ ਚੋਣਾਂ ਦੇ ਵਿੱਚ ਨਾਅਰਾ ਦਿੱਤਾ ਸੀ ਹਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਇਸ ਨਾਅਰੇ ਨਾਲ ਚੰਨੀ ਦੇ ਚੋਣ ਵਾਲਿਆਂ ਦੀ ਗਿਣਤੀ ਨੂੰ ਤੇਜ਼ੀ ਨਾਲ ਵਾਅਦਾ ਹੋਇਆ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਚੰਨੀ ਸਿਆਸੀ ਗਲਿਆਰਿਆਂ ਚ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਨੇ ਚੋਣਾਂ ਦੇ ਦੌਰਾਨ ਰੂਪਨਗਰ ਦੀ ਚਮਕੌਰ ਸਾਹਿਬ ਅਤੇ ਬਰਨਾਲਾ ਦੀ ਪਦੌੜ ਸੀਟ ਤੋਂ ਮੈਦਾਨ ਦੇ ਵਿੱਚ ਉਤਰੇ ਦੋਵੇਂ ਸੀਟਾਂ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਆਮ ਲੋਕਾਂ ਤੇ ਕਾਂਗਰਸ ਤੋਂ ਦੂਰ ਕਰ ਲਿਆ ਹ ਤੱਕ ਕਿ ਚੰਨੀ ਸੰਗਰੂਰ ਜਿਮਨੀ ਚੋਣਾਂ ਚ ਵੀ ਪੂਰੀ ਤਰ੍ਹਾਂ ਦੂਰ ਰਹਿ ਇਸ ਸਮੇਂ ਉਹ ਵਿਦੇਸ਼ ਦੇ ਵਿੱਚ ਹਨ ਇੱਥੇ ਵੀ ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਈਡੀ ਨੇ ਚੰਨੀ ਦੇ ਪਤੀਜੇ ਭਵਿੰਦਰ ਨੂੰ 10 ਕਰੋੜ ਦੀ ਨਗਦ ਦੀ ਸੋਨੇ ਅਤੇ ਮਹਿੰਗੀਆਂ ਕੜੀਆਂ ਨਾਲ ਗ੍ਰਿਫਤਾਰ ਕੀਤਾ ਸੀ ਸਿੱਖਾਂ ਲਈ ਖੁਸ਼ਖਬਰੀ ਜਲਦੀ ਛੱਲੇਗੀ ਗੁਰੂ ਕ੍ਰਿਪਾ ਟ੍ਰੇਨ ਕੇਂਦਰ ਸਰਕਾਰ ਦੇ ਵੱਲੋਂ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਵਿੱਚ ਕਿਹਾ ਗਿਆ ਕਿ ਸਿੱਖ ਸਭਿਆਚਾਰ ਦੀਆਂ ਮਹੱਤਵਪੂਰਨ ਥਾਵਾਂ ਨੂੰ ਕਵਰ ਕਰਨ ਵਾਲੀ ਗੁਰੂ ਕ੍ਰਿਪਾ ਟ੍ਰੇਨ ਦੇ ਸਬੰਧ ਵਿੱਚ ਵੱਖ-ਵੱਖ ਤਰ੍ਹਾਂ ਨਾਲ ਗੱਲਬਾਤ ਜਾਰੀ ਹੈ ਜਿਵੇਂ ਹੀ ਕੋਈ ਠੋਸ ਇੱਟਾ ਨਿਕਲੇਗਾ ਉਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਰੇਲ ਮੰਤਰੀ ਅਸ਼ਵ ਬਣੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਹੈ ਸਦਨ ਦੇ ਵਿੱਚ ਪ੍ਰਸ਼ਨ ਕਾਲ ਦੌਰਾਨ ਪੂਰਵਕ ਸਵਾਲਾਂ ਦੇ ਜਵਾਬ ਵਿੱਚ ਦੱਸਿਆ ਗਿਆ ਹੈ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਕਰ ਕਰ ਤਿਰੰਗਾ ਮਹਿੰਮ ਦਾ ਵਿਰੋਧ ਭਗਵੰਤ ਮਾਨ ਨੇ ਦਿੱਤਾ ਕਰਾਰਾ ਜਵਾਬ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਮਾਨ ਨੇ 15 ਅਗਸਤ ਨੂੰ ਕਰ ਕਰ ਤਿਰੰਗਾ ਮਹਿੰਮ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਉਹ ਤਿਰੰਗੇ ਦੀ ਬਜਾਏ ਆਪਣੇ ਘਰਾਂ ਤੇ ਕੇਸਰੀ ਰੰਗ ਦੇ ਝੰਡੇ ਲਾਉਣੇ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਹਲਕੇ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਵੱਲੋਂ ਸਵਿਧਾਨ ਦੀ ਸੌਂਖਾਂ ਤੋਂ ਬਾਅਦ ਤਿਰੰਗੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੇ ਉਨ੍ਹਾਂ ਨੇ ਆਪਣੇ ਅਹੁਦੇ ਦੀ ਗਰਮਾਹ ਦੇ ਨਾਲ-ਨਾਲ ਦੇਸ਼ ਦੇ ਰਾਸ਼ਟਰੀ ਚੰਦੇ ਨੂੰ ਆਮਾਨ ਰੱਖਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ਤੇ ਪੀਜੀਆਈ ਚੁਆਯੁਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਜੇ ਤਾਂ ਜੋ ਪੰਜਾਬ ਦੇ ਲੋੜਵੰਦ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਮਰੀਜ਼ਾਂ ਨੂੰ ਇਲਾਜ ਤੋਂ ਵਾਂਝੇ ਨਾ ਰਹਿ ਸਕਣ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਤਵੰਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦੀਆਂ ਹਦਾਇਤਾਂ ਤੇ ਪੀਜੀਆਈ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਮਰੀਜ਼ਾਂ ਨੂੰ ਸਿਰਫ ਦੇਣੀ ਪਵੇਗੀ ਫੀਸ ਸੋ ਪੰਜਾਬ ਦੇ ਮਰੀਜ਼ਾਂ ਦਾ ਹੋਣਾ ਹੈ ਇਲਾਜ ਉਥੇ ਸ਼ੁਰੂ ਕਰ ਦਿੱਤਾ ਗਿਆ ਜਿਹੜਾ ਕਿ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਗਾਇਆ ਹੀ ਨਹੀਂ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਅਦਾਲਤ ਵਿੱਚ ਹੋਏ ਪੇਸ਼ ਕੈਪਟਨ ਸਰਕਾਰ ਦੌਰਾਨ ਜਦੋਂ ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ 'ਚ ਰੋਜ਼ਾਨਾ ਪ੍ਰਦਰਸ਼ਨ ਕੀਤਾ ਗਿਆ ਉਸ ਸਮੇਂ ਚੰਡੀਗੜ੍ਹ 'ਚ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਦਾ ਕੇਸ ਦਰਜ ਹੋਏ ਸਨ ਜਿਸ ਨੂੰ ਲੈ ਕੇ ਭਗਵੰਤ ਮਾਨ ਸੈਕਟਰ 43 ਦੀ ਅਦਾਲਤ ਵਿੱਚ ਪੇਸ਼ ਹੋਏ ਨੇ ਰਕੜੀ ਦੇ ਦਰਨ ਸਿਰਫ 750 ਦੇ ਵਿੱਚ ਮਿਲੇਗਾ LP ਜੀ ਸਿਲੰਡਰ ਭਾਵੇਂ ਸਾਲ ਰਕੜੀ ਦੀ ਤਰੀਕ ਨੂੰ ਲੈ ਕੇ ਦੋ ਚਿੱਤੀ ਬਣੀ ਪਰ ਤੁਹਾਨੂੰ ਦੱਸ ਦਈਏ ਕਿ ਘਰੇਲੂ ਰਸੋਈ ਗੈਸ ਸਿਲੰਡਰ 750 ਦੇ ਵਿੱਚ ਮਿਲੇਗਾ ਕੰਪੋਜ਼ਿਟ ਸਿਲੰਡਰ ਦੀ ਕੀਮਤ ਬਾਰੇ ਗੱਲ ਕਰ ਰਹੇ ਹਾਂ ਸਿਲੰਡਰ 'ਚ ਸਿਰਫ 10 ਕਿਲੋ ਗੈਸ ਹੁੰਦੀ ਇਸ ਵਿੱਚ ਗੈਸ ਵੀ ਦਿਖਾਈ ਦਿੰਦੀ ਆ ਤੇ 1 ਅਗਸਤ ਨੂੰ ਸਿਰਫ ਕਮਰਸ਼ੀਅਲ ਸਿਲੰਡਰ ਹੀ ਸਸਤੇ ਹੋਣਗੇ ਗੌਰਤਲਬਾਗ਼ਰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 6 ਜੁਲਾਈ ਨੂੰ ਬਦਲੀਆਂ ਨੇ ਤੇ 1 ਅਗਸਤ ਨੂੰ ਸਿਰਫ ਕਮਰਸ਼ੀਅਲ ਸਿਲੰਡਰ ਦੇ ਸਸਤੇ ਪਾ ਹੋਏ ਨੇ ਵੱਡੇ ਸ਼ਹਿਰਾਂ 10 ਕਿਲੋ ਕੰਪੋਜ਼ਿਟ ਸਿਲੰਡਰ ਦੀ ਕੀਮਤ 750 ਰੁਪਿਆ ਹੈ। ਇਸ ਦੇ ਨਾਲ ਦੱਸ ਦਿਆਂ 14 ਕਿਲੋ 200 ਗ੍ਰਾਮ ਕਿਲੋਗ੍ਰਾਮ ਸਿਲੰਡਰ ਦੀ ਕੀਮਤ 1300 ਰੁਪਏ ਹੋ ਚੁੱਕੀ ਹੈ। ਗਵਰਨਰ ਕੋਲ اٹਕਿਆ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ 154 ਖਾਤਿਆਂ ਜੋ ਹੈ ਪੈਸੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਂ ਪਾਸ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਚੋਂ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਮਾਨ ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਖਤ ਕੋਲੇ ਭੇਜਿਆ ਪਰ ਪਿਛਲੇ 4 ਮਹੀਨਿਆਂ ਤੋਂ ਇਹ ਬਿੱਲ ਰਾਜਪਾਲ ਦੇ ਗੱਲੇ ਵਿੱਚ ਪਿਆ ਹੈ ਨਾ ਤਾਂ ਰਾਜਪਾਲ ਨੇ ਬਿੱਲ ਉੱਤੇ ਦਸਤਖਤ ਕੀਤੇ ਨੇ ਤੇ ਨਾ ਹੀ ਇਸ ਦੇ ਵਿੱਚ ਕੋਈ ਸੋਧ ਦਾ ਸੁਝਾਅ ਦਿੱਤਾ ਜਿਸ ਕਰਕੇ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਫੈਸਲਾ ਅਜੇ ਤੱਕ ਹਕੀਕਤ ਵਿੱਚ ਲਾਗੂ ਨਹੀਂ ਹੋਇਆ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ 150 ਤੋਂ ਵੱਧ ਸਾਬਕਾ ਵਿਧਾਇਕ ਅਜਿਹੇ ਹਨ ਜਿਹੜੇ ਇੱਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਨੇ ਬਿੱਲ ਪਾਸ ਨਾ ਹੋਣ ਦੇ ਕਾਰਨ ਇਸ ਮਹੀਨੇ ਦੀ ਪੈਨਸ਼ਨ ਦੇ ਪੈਸੇ ਦੇ ਖਾਤੇ ਪੈਸੇ ਵੀ ਉਹਨਾਂ ਦੇ ਖਾਤਿਆਂ ਚ ਆ ਚੁੱਕੇ ਨੇ ਸਕੱਤਰ सुरेंद्रਪਾਲ ਨੇ ਦੱਸਿਆ ਕਿ ਰਾਜਪਾਲ ਵੱਲੋਂ ਬਿੱਲ ਵਾਪਸ ਨਹੀਂ ਆਇਆ ਜਿਸ ਕਰਕੇ 239 ਸਾਫ ਕਵ ਵਿਧਾਇਕਾਂ ਨੂੰ ਇਸ ਮਹੀਨੇ ਦੀ ਪੈਨਸ਼ਨ ਪਾ ਦਿੱਤੀ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਤੇ ਕਰਾਰਾ ਝਟਕਾ ਲੱਗਾ ਹੈ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਦੇਣਗੀਆਂ 10 ਤੋਹਫੇ ਯੂਪੀ ਪੰਜਾਬ ਹਰਿਆਣਾ ਚੰਡੀਗੜ੍ਹ ਚੋਂ ਖਾਸ ਤਿਆਰੀਆਂ ਜਾਦੀ ਦੀ 75ਵੀਂ ਬਾਰੇ ਗਣ ਨੂੰ ਮਨਾਉਣ ਲਈ ਸਰਕਾਰ ਦੇ ਵੱਲੋਂ ਜາດੀ ਕਾ ਅਮਰਤ ਮਹਾਉਤਸਵ ਮਨਾਇਆ ਜਾ ਰਿਹਾ ਹੈ ਇਸ ਦਾ ਮਕਸਦ ਦੇਸ਼ ਦੇ ਹਰ ਨਾਗਰਿਕ ਨੂੰ ਸੁਤੰਤਰ ਦਿਵਸ 2022 ਦੇ ਨਾਲ ਜੋੜਨਾ ਇਸ ਲਈ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਕੜੀ ਦੇ ਵਿੱਚ 15 ਅਗਸਤ ਨੂੰ ਦੇਸ਼ ਦੀ ਆਮ ਜਨਤਾ ਨੂੰ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਵੱਲੋਂ 10 ਵੱਡੇ ਤੋਹਫੇ ਦਿੱਤੇ ਜਾਣਗੇ ਇਸ ਲਈ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਸਮੇਤ ਰਾਜ ਦੇ ਵਿੱਚ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਨੇ ਇਤਿਹਾਸਕ ਸਥਾਨਾਂ ਦੇ 15 ਅਗਸਤ ਤੱਕ ਮੁਫਤ ਦਾਖਲਾ ਕਰ ਦਿੱਤਾ ਗਿਆ ਹੈ ਜੀ ਇਸ ਤੋਂ ਲਈ ਲੋਕਾਂ ਲਈ ਦੇਸ਼ ਦੀ ਵਿਲੱਖਣ ਵਿਰਾਸਤ ਨੂੰ ਦੇਖਣ ਦਾ ਵਧੀਆ ਮੌਕਾ ਹੈ ਹਰ ਘਰ ਹਰ ਤਿਰੰਗਾ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਜੀ ਆ 5G ਇੰਟਰਨੈਟ ਦਾ ਤੋਹਫ਼ਾ ਜਿਹੜਾ ਮਿਲੇਗਾ ਜੀ Airtel ਇਸ ਆਜ਼ਾਦੀ ਤੇ 5G ਇੰਟਰਨੈਟ ਸ਼ੁਰੂ ਕਰ ਦਵੇਗੀ 700 MHz ਬੈਂਡ ਦੇ ਵਿੱਚ Reliance Jio ਦਾ ਸਪੈਕਟ੍ਰਮ ਇੱਕ ਟਾਵਰ ਤੋਂ 6 ਤੋਂ 10 ਕਿਲੋਮੀਟਰ ਤੱਕ ਇੰਟਰਨੈਟ ਕਵਰੇਜ ਪ੍ਰਦਾਨ ਕਰਨ ਦੇ ਸਮਰੱਥ ਹੋਵੇਗਾ ਇਹ ਕਾਰਨ ਹੈ ਕਿ Reliance Jio ਨੇ ਦੇਸ਼ ਵਿੱਚ ਸਭ ਤੋਂ ਘੱਟ 5G ਇੰਟਰਨੈਟ ਸੇਵਾ ਪਰਦਾਨ ਕਰਨ ਦਾ ਦਾਵਾ ਕੀਤਾ ਜਿਸ ਦੀ ਸਪੀਡ 4G ਤੋਂ 10 ਗੁਣਾ ਜ਼ਿਆਦਾ ਹੋਵੇਗੀ ਓਲਾ ਦੀ ਇਲੈਕਟ੍ਰਿਕ ਕਾਰ ਲਾਂਚ ਹੋਵੇਗੀ ਅਗਲੀ ਖਬਰ ਹੈ ਜਿ ਬਿਜਲੀ ਸੋਧ ਬਿੱਲ ਦੇ ਵਿਰੋਧ ਚ ਅੰਦੋਲਨ ਦਾ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਦੇ ਲਈ ਪ੍ਰਮੁੱਖ ਮੰਗ ਦਿੱਲੀ ਦੇ ਵਿੱਚ ਚੱਲੇ ਇਤਿਹਾਸਿਕ ਕਿਸਾਨ ਸੰਘਰਸ਼ ਦੇ ਮੰਗ ਪੱਤਰ ਦਾ ਹਿੱਸਾ ਸੀ ਸਰਕਾਰ ਵੱਲ ਦੇ ਵਾਅਦਾ ਖਿਲਾਫੀ ਕਰਕੇ ਬਿਜਲੀ ਸੋਧ ਬਿੱਲ 2222 ਨੂੰ ਪਾਰਲੀਮੈਂਟ ਦੇ ਚੱਲਦੇ ਸੈਸ਼ਨ ਵਿੱਚ ਪੇਸ਼ ਕਰਨਾ ਚਾਹੁੰਦੀ ਹੈ ਜਿਸ ਨੂੰ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਬਿੱਲ ਦੇ ਖਿਲਾਫ ਦੇਸ਼ ਭਰ ਦੇ ਬਿਜਲੀ ਵਿਭਾਗ ਦੇ ਇੰਜੀਨੀਅਰਾਂ ਤੇ ਮੁਲਾਜ਼ਮਾਂ ਵੱਲੋਂ 9 ਅਕਤੂਬਰ ਤੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਜਥੇਬੰਦੀ ਵੱਲੋਂ ਪੂਰਨ ਹਮਾਇਤ ਕੀਤੀ ਜਾਵੇਗੀ ਕਿਸਾਨ ਆਗਮ ਨੇ ਅੱਗੇ ਦੱਸਿਆ ਕਿ ਜਦੋਂ 9 ਦਸੰਬਰ 2021 ਨੂੰ ਅੰਦੋਲਨ ਦਿੱਲੀ ਦੇ ਵਿੱਚ ਮੁਲਤਵੀ ਕੀਤਾ ਸੀ ਤਾਂ ਮੋਦੀ ਸਰਕਾਰ ਨੇ ਲਿਖਤੀ ਪ੍ਰੋਸਾ ਦਿੱਤਾ ਸੀ ਕਿ ਬਿਜਲੀ ਸੋਧ ਬਿੱਲ ਉਨਾ ਚਿਰ ਤੱਕ ਪਾਸ ਨਹੀਂ ਕੀਤਾ ਜਾਵੇਗਾ ਜਿੰਨਾ ਚਿਰ ਇਸ ਬਿੱਲ ਬਾਰੇ ਸਟਾਕ ਹੋਲਡਰ ਤੇ ਕਿਸਾਨ ਜਥੇਬੰਦੀਆਂ ਸਹਿਮਤ ਨਹੀਂ ਹੋ ਜਾਂਦੀਆਂ ਹੁਣ ਸਟਾਕ ਹੋਲਡਰ ਤੇ ਕਿਸਾਨ ਜਥੇਬੰਦੀਆਂ ਨਾਲ ਬਗੈਰ ਕੋਈ ਮੀਟਿੰਗ ਜਾਂ ਸਲਾਹ مشورہ ਕੀਤੇ ਮੋਦੀ ਸਰਕਾਰ ਉਕਤ ਬਿੱਲ ਨੂੰ ਪਾਰਲੀਮੈਂਟ ਵਿੱਚ ਪੇਸ਼ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿਸਾਨ ਆਗੂਆਂ ਨੇ ਉਕਤ ਬਿੱਲ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨ ਨੂੰ ਚੁਣੌਤੀ ਵਜੋਂ ਲੈਂਦਿਆਂ ਸੜਕਾਂ ਉੱਤੇ ਆਉਣ ਦੀ ਚੇਤਾਵਨੀ ਦਿੱਤੀ ਹੈ ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਬਿਜਲੀ ਸੋਧ ਬਿੱਲ ਨੂੰ ਤੁਰੰਤ ਰੱਦ ਕੀਤਾ ਜਾਵੇ ਪੰਜਾਬ ਦੇ ਵਿੱਚ ਇਸ ਦਿਨ ਚੱਕਾ ਜਾਮ ਕਰਨਗੇ ਪ੍ਰਾਈਵੇਟ ਟਰਾਂਸਪੋਰਟਰ ਬੋਲੇ ਮੁਫਤ ਬਾਸੇਵਾ ਨੇ ਬਣਾਇਆ ਡਿਫਾਲਟ ਰ ਬਸਾਂ ਨੂੰ ਅੱਗ ਲਾਉਣ ਦੀ ਧਮਕੀ ਪ੍ਰਾਈਵੇਟ ਟਰਾਂਸਪੋਰਟਰਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਦੇ ਪੂਰਤੀ ਲਈ ਸਰਕਾਰ ਤੇ ਦਬਾਅ ਬਣਾਉਂਦੇ ਹੋਏ 9 ਅਗਸਤ ਨੂੰ ਪੰਜਾਬ ਤੋਂ ਇੱਕ ਦਿਨ ਲਈ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਮੋਟਰ ਯੂਨੀਅਨ ਦੇ ਸਕੱਤਰ ਆਰ ਐਸ 바ਵਾ ਨੇ ਦੱਸਿਆ ਕਿ ਅਸੀਂ ਕਈ ਮੰਗਾਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਇਥੋਂ ਤੱਕ ਕਿ ਭਗਵੰਤ ਮਾਨ ਮੁੱਖ ਮੰਤਰੀ ਤੱਕ ਵੀ ਪਹੁੰਚਾਈਆਂ ਨੇ ਪਰ ਕਿਸੇ ਨੇ ਸਾਡੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਕਿਸੇ ਮੰਗ ਨੂੰ ਨਹੀਂ ਮੰਨਿਆ ਇਸ ਦੇ ਲਈ ਹੁਣ ਅਸੀਂ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਕਰ ਦਵਾਂਗੇ ਬੱਸਾਂ ਨੂੰ ਅੱਗੇ ਲਾ ਦਵਾਂਗੇ ਉਹਨਾਂ ਨੇ ਕਿਹਾ ਜੀ ਔਰਦਾਂ ਨੂੰ ਮੁਫਤ ਬੱਸ ਸੇਵਾ ਦੇਣ ਦੇ ਕਾਰਨ ਜੀ ਬੱਸਾਂ ਕਾਟੇ ਦੇ ਵਿੱਚ ਆਗਿਆ ਨੇ ਜ਼ਿਆਦਾਤਰ ਪ੍ਰਾਈਵੇਟ ਬੱਸ ਆਪਰੇਟਰ ਟੈਕਸ ਡਿਫਾਲਟਰ ਬਣ ਗਏ ਨੇ ਉਹਨਾਂ ਨੇ ਦੱਸਿਆ ਕਿ ਇਸ ਕਾਰਨ ਬੱਸਾਂ ਦੀਆਂ ਕਿਸ਼ਤਾਂ ਟੁੱਟਣ ਲੱਗ ਪਈਆਂ ਨੇ ਔਰਤਾਂ ਨੂੰ ਸਹੂਲਤਾਰ ਤੇ ਐਤਵਾਰ ਨੂੰ ਮੁਫਤ ਬੱਸ ਦੀ ਸਹੂਲਤ ਪ੍ਰਾਈਵੇਟ ਤੇ ਸਰਕਾਰੀ ਦੋਵਾਂ ਚੋਂ ਦਿੱਤੀ ਜਾਵੇ ਆ ਬੱਸ ਆਪਰੇਟਰਾਂ ਨੇ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੀ ਤਰਜ਼ ਤੇ ਬੱਸ ਆਪਰੇਟਰਾਂ ਨੇ ਮੰਗ ਕੀਤੀ ਹੈ ਕਿ ਪ੍ਰਾਈਵੇਟ ਬੱਸਾਂ ਨੂੰ ਸਬਸਿਡੀ ਦਿੱਤੀ ਜਾਵੇ ਬਾਜਵਾਨ ਨੇ ਕਿਹਾ ਕਿ ਬੱਸ ਆਪਰੇਟਰ ਕੋਰੋਨਾ ਸਮੇਂ ਦੌਰਾਨ ਟੈਕਸ ਡਿਫਾਲਟਰ ਬਣ ਗਏ ਨੇ ਪੰਜਾਬ ਸਰਕਾਰ ਨੇ 31 ਦਸੰਬਰ 2020 ਨੂੰ ਟੈਕਸ ਮਾਫ ਕੀਤਾ ਸੀ 1 April 2021 ਤੋਂ 31 July 2021 ਤੱਕ ਕਿਲੋਮੀਟਰ ਨੂੰ ਬਾਤ ਵਿੱਚ ਮੋਟਰ ਵਹੀਕਲ ਟੈਕਸ ਮਾਫ ਹੋਇਆ ਜਾਂਦ ਕਿ ਗਵਾਂਡੀ ਸੂਬੇ ਚ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ 9 ਮਹੀਨਿਆਂ ਦੇ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਹੈ ਲਗਾਤਾਰ 3 ਦਿਨ ਕਈ ਸ਼ਹਿਰਾਂ ਦੇ ਵਿੱਚ ਬੈਂਕ ਰਹਿਣਗੇ ਬੰਦ 10 August ਚ ਛੁੱਟੀਆਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਲੱਗ ਕੱਲ ਤੋਂ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ ਅਗਲੇ ਹਫਤੇ ਦੇ ਪਹਿਲੇ ਦਿਨ ਜਾਨੀ ਕਿ ਸੋਮਵਾਰ ਨੂੰ ਕਈ ਵੱਡੇ ਸ਼ਹਿਰਾਂ ਚ ਬੈਂਕ ਦਾ ਕੰਮਕਾਜ ਨਹੀਂ ਹੋਵੇਗਾ ਘਰ ਛੱਡਣ ਤੋਂ ਪਹਿਲਾਂ ਤੁਹਾਨੂੰ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇਖ ਲੈਣੀ ਚਾਹੀਦੀ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨਾਵੇਂ ਪੰਗੇ ਚ ਫਸੇ ਮਾਨ ਤਰੰਗੇ ਦੀ ਥਾਂ ਕਰਾਂ ਚੋਂ ਖਾਲਸਾਈ ਝੰਡਾ ਲਾਉਣ ਦੀ ਕੀਤੀ ਅਪੀਲ ਸੋ ਇਹ ਵੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸਾਹਮਣੇ ਅੱਜ ਤੋਂ ਦੋ ਰੋਜ਼ਾ ਦਿੱਲੀ ਦੌਰੇ ਤੇ ਭਗਵੰਤ ਮਾਨ ਪੀਐਮ મોદી ਕੋਲ ਚੁੱਕਣਗੇ ਪੰਜਾਬ ਨੂੰ ਐਮਐਸਪੀ ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਸੂਬੇ ਨੂੰ ਐਮਐਸਪੀ ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦਾ ਠਾਣਨਗੇ ਐਤਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਪੰਜਾਬ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੇ ਬਣਾਈ ਕਮੇਟੀ ਤੋਂ ਬਾਹਰ ਰੱਖਣ ਦਾ ਮੁੱਦੇ ਦਾ ਵਿਰੋਧ ਕਰਨਗੇ ਸ਼ਰਾਰਤੀ ਅਨਸਰਾਂ ਨੇ ਫਰੋਦੀ ਲਈ 150 ਫਰਜ਼ੀ ਬੈਂਕ ਖਾਤੇ ਖਲਵਾਏ ਪੁਲਿਸ ਦਾ ਖਲਾਸਾ ਪੰਜਾਬ ਦੇ ਵਿੱਚ ਫਰੋਦੀ ਮੰਗਣ ਦੇ ਮਾਮਲੇ 'ਚੋ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਬਹੁਤ ਛੋਟਾ ਵੱਡਾ ਖਲਾਸਾ ਹੋਇਆ ਡਾਕਟਰਾਂ ਸਿਆਸਦਾਨਾਂ ਦੇ ਕਾਰੋਬਾਰੀਆਂ ਤੋਂ ਪੈਸਾ ਵਸੂਲਣ ਤੋਂ ਬਾਅਦ ਉਹਨਾਂ ਨੂੰ ਛਿਪਾਉਣ ਦੇ ਲਈ ਅੰਤਰਰਾਜੀ ਫਰੋਦੀ ਗਰੁੱਪ ਮੈਂਬਰਾਂ ਨੇ ਹਾਲੇ ਤੇ ਦਿਨਾਂ ਦੇ ਵਿੱਚ ਲਗਭਗ 150 ਬੈਂਕ ਖਾਤੇ ਖਲਵਾਏ ਨੇ ਇਹ ਖਾਤੇ ਦਿੱਲੀ ਮੁੰਬਈ ਕੋਲਕੱਤਾ ਵਾਗ ਵਰਗੇ ਮਹਾਨਗਰਾਂ ਸਮੇਤ ਦੇਸ਼ ਭਰ ਦੀਆਂ ਸ਼ਾਖਾਵਾਂ ਵੱਲੋਂ ਵੱਖ-ਵੱਖ ਬੈਂਕਾਂ ਦੇ ਵਿੱਚ ਖੋਲੇ ਗਏ ਨੇ ਪੰਜਾਬ ਪੁਲਿਸ ਨੇ ਦੂਜੇ ਰਾਜਾਂ ਪੁਲਿਸ ਦੇ ਨਾਲ ਹੁਣ ਇਹਨਾਂ ਖਾਤਿਆਂ ਵਿੱਚੋਂ ਬਹੁਤੇ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਤੇ ਬਾਕੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਫਰਾਉਤੀ ਦੇ ਮਾਮਲੇ 'ਚ ਬਿਹਾਰ ਦੇ ਦੋ ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿਵੇਸ਼ਕ ਬਣ ਕੇ ਕਰੋੜਪਤੀ 1 ਲੱਖ ਬਣ ਗਿਆ 1 9.44 ਕਰੋੜ ਜੇਕਰ ਤੁਸੀਂ ਵੀ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਲਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਖੁਸ਼ਖਬਰੀ ਹੈ ਤੁਹਾਨੂੰ ਅਜਿਹੇ ਸਟਾਕ ਬਾਰੇ ਦੱਸਾਂਗੇ ਜੋ ਨਿਵੇਸ਼ਕਾਂ ਨੂੰ ਕਰੋੜਪਤੀ ਬਣਾ ਦਤਾ ਤੁਹਾਡਾ 1 ਲੱਖ ਰੁਪਏ ਕੁਝ ਹੀ ਸਾਲਾਂ ਦੇ ਵਿੱਚ ਕਰੋੜਾਂ ਦੇ ਵਿੱਚ ਬਦਲ ਗਿਆ ਸਟਾਕ ਦਾ ਨਾਮ ਹੈ ਸੀਰਾ ਸੈਨੀਟੇਵियर ਬੀਜੇਕੇਡੀਆ ਦੀ ਕੀਮਤ ਦੀ ਸ਼ੇਅਰ ਦੀ ਕੀਮਤ ਜਿਹੜੀ 10 ਰੁਪਏ ਦੇ ਪੱਧਰ ਤੋਂ ਵੱਧ ਕੇ 4725 ਰੁਪਏ ਤੱਕ ਪਹੁੰਚ ਗਈ ਇਸ ਸਮੇਂ ਸਟਾਕ ਨੇ ਨਿਵੇਸ਼ਕਾਂ ਨੂੰ 47150% ਦਾ ਰਿਟਰਨ ਦਿੱਤਾ ਹੈ 5 ਸਾਲਾਂ ਦੇ ਵਿੱਚ 2735% ਤੱਕ ਵਧਿਆ ਹੈ ਜੇਕਰ ਕਿਸੇ ਨਿਵੇਸ਼ਕ ਨੇ 1 ਸਾਲ ਪਹਿਲਾਂ ਇਸ ਸਟਾਕ ਦੇ ਵਿੱਚ 1 ਲੱਖ ਨਿਵੇਸ਼ ਕੀਤਾ ਹੁੰਦਾ ਤਾਂ ਉਸ ਦਾ ਅੱਜ 1 ਲੱਖ 1 ਲੱਖ 2 ਹੋ ਜਾਣਾ ਸੀ ਜੇਕਰ 10 ਸਾਲ ਪਹਿਲਾਂ 1 ਲੱਖ ਨਿਵੇਸ਼ ਕੀਤਾ ਹੁੰਦਾ ਤਾਂ ਉਸ ਦਾ 15 ਲੱਖ ਬਣ ਜਾਣਾ ਸੀ। ਅਕਾਲੀ ਦਲ ਨੇ ਤਨਖੜ ਦੇ ਹੱਕ ਚ ਪਾਈ ਵੋਟ ਕਿਸਾਨਾਂ ਨਾਲ ਖੜੇ ਉਮੀਦਵਾਰਾਂ ਦਾ ਕੀਤਾ ਸਮਰਥਨ ਨਵੇਂ ਉਪ ਰਾਸ਼ਟਰਪਤੀ ਦੀ ਚੋਣ VOTING ਲਈ ਜਾਰੀ ਹੈ ਤੇ ਇਸ ਦੇ ਅਹੁਦੇ ਲਈ NDA ਉਮੀਦਵਾਰ ਜਗਦੀਪ ਤਨਖੜ ਤੇ ਵਿਰੋਧੀ ਧਿਰ ਦੇ ਮਾਰਗਰੇਟ ਅਲਵਾ ਵਿਚਕਾਰ ਮੁਕਾਬਲਾ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਤਨਖੜ ਨੇ ਆਸਾਨੀ ਦੇ ਨਾਲ ਚੋਣ ਜਤਾਂ ਦੀ ਸੰਭਾਵਨਾ ਕਾਲੀ ਦਲ ਬਾਦਲ ਨੇ ਐਨਡੀਓ ਉਮੀਦਵਾਰ ਧਨਖੜ ਦੇ ਹੱਕ ਵਿੱਚ ਵੋਟ ਪਾਈ ਇਸ ਦੀ ਖੁਦ ਜਾਣਕਾਰੀ ਪ੍ਰਕਾਸ਼ ਸਿੰਘ ਬਾਦਲ ਨੇ ਟਵੀਟ ਕਰਕੇ ਦਿੱਤੀ ਹੈ। ਨਸ਼ਾ ਛਡਾਊ ਗੋਲੀਆਂ ਦੀ ਟੈਂਡਰ ਪ੍ਰਕਿਰਿਆ ਨੂੰ ਲੈ ਕੇ ਪੈਦਾ ਹੋਏ ਵਿਵਾਦ ਹਾਈ ਕੋਰਟ ਚ ਪੂਜਾ ਪੰਜਾਬ ਸਰਕਾਰ ਨੂੰ ਪਈਆਂ ਗਾਲਾਂ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਸਪਲਾਈ ਹੋਣ ਵਾਲੀਆਂ ਨਸ਼ਾ ਛਡਾਊ ਗੋਲੀਆਂ ਟੈਂਡਰ ਦੀ ਪ੍ਰਕਿਰਿਆ ਨੂੰ ਲੈ ਕੇ ਪੈਦਾ ਹੋਏ ਵਿਵਾਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪੂਜਾ ਸਰਕਾਰ ਬਦਲਣ ਤੋਂ ਬਾਅਦ ਪੁਰਾਣੀ ਕੰਪਨੀ ਦਾ ਟੈਂਡਰ ਹੈ। ਰੱਦ ਕੀਤੇ ਬਿਨਾ ਸਰਕਾਰ ਨੇ ਨਵੀਆਂ ਸਪਲਾਈ ਕਰਨ ਦਾ ਟੈਂਡਰ ਕੱਢ ਦਿੱਤਾ ਜਿਸ ਤੋਂ ਬਾਅਦ ਸਰਕਾਰ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਹੈ। ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਨ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰੋ। ਜਗਦੀਪ ਤਨਖਣ ਹੋਣਗੇ ਦੇਸ਼ ਦੇ ਨਵੇਂ ਉਪਰਾਸ਼ਟਰਪਤੀ ਵਿਰੋਧੀ ਦੀ ਉਮੀਦਵਾਰ ਮਾਰਗਰੇਟ ਅਲਵਾ ਨੂੰ 346 ਵੋਟਾਂ ਦੇ ਨਾਲ ਹਰਾਇਆ ਗਿਆ ਹੈ। ਸੀਐਮ ਮਾਨ ਬੋਲੇ ਅਗਲੇ ਸਾਲ ਤੋਂ ਇਹ ਸ਼ਮਾਨ ਸਕੀਮ ਦੇ ਲੋੜ ਨੇ ਮਰੀਜ਼ ਮੁਹੱਲਾ ਕਲੀਨਿਕਾ ਦੇ ਵਿੱਚ ਹੀ ਵੱਡੇ ਵੱਡੇ ਆਪਰੇਸ਼ਨ ਕਰਾ ਸਕਣਗੇ। ਸੋ ਹਰਾਨ ਕਰਨ ਵਾਲਾ ਬਿਆਨ ਸੀਐਮ ਭਗਵੰਤ ਮਾਨ ਦੇ ਚੁਕੇ ਨੇ ਉਹਨਾਂ ਨੇ ਕਿਹਾ ਜੀ ਮਰੀਜ਼ ਜਿਹੜੇ ਮੁਹੱਲਾ ਕਲੀਨਿਕਾ ਦੇ ਵਿੱਚ ਸਾਰ ਤਰ੍ਹਾਂ ਦਾ ਇਲਾਜ ਕਰਵਾ ਲੈਣਗੇ ਸੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਪਵੇਗੀ ਉਹਨਾਂ ਨੇ ਕਿਹਾ ਜੀ ਦਿੱਲੀ ਤੇ ਬੰਗਾਲ ਦੇ ਵਿੱਚ ਹਰ ਕਿਸੇ ਦਾ ਇਲਾਜ ਮੁਫਤ ਹੈ ਆਯੂਸ਼ਮਾਨ ਸਿਰਫ ਵਿਸ਼ੇਸ਼ ਵਰਗ ਨੂੰ ਮੁਫਤ ਇਲਾਜ ਮਿਲਦਾ ਅਸੀਂ ਅਗਲੇ ਸਾਲ ਤੱਕ ਮੁਹੱਲਾ ਕਲੀਨਿਕਾ ਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾਵਾਂਗੇ ਕਿ ਲੋਕਾਂ ਨੂੰ ਇਸ ਯੋਜਨਾ ਦੀ ਲੋੜ ਹੀ ਨਾ ਪਵੇਗੀ ब्रेकिंग न्यूज़ है जी मशहूर गायिका ज्योति नूरा ਦੇ ਪਤੀ ਖਿਲਾਫ ਦਾਇਰ ਕੇਸ ਕੁੱਟਮਾਰ ਕਰਨ ਦਾ ਇਲਜ਼ਾਮ ਤਲਾਕ ਲੈਣ ਦਾ ਕੀਤਾ ਐਲਾਨ ਸੋ ਵੱਡੀ ਖਬਰ ਹੈ ਜੀ। ਜੋਤੀ ਨੂਰਾ ਜਿਨ੍ਹਾਂ ਨੇ 2014 ਦੇ ਸਤੰਬਰ ਮਹੀਨੇ ਚ ਕੋਨਾਲ ਪਾਸਿਵਾਸੀ ਫਲੋਰਨ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਉਸ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਨਸ਼ੇ ਕਰਕੇ ਉਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ ਆ ਪ੍ਰੋਗਰਾਮ ਜਾਂ ਸ਼ੋਅ ਤੋਂ ਆਉਣ ਵਾਲੇ ਪੈਸੇ ਨੂੰ ਆਪਣੇ ਕੋਲੇ ਰੱਖ ਲੈਂਦਾ ਤੇ ਸ਼ੋਅ ਵੀ ਆਪ ਬੁੱਕ ਕਰਦਾ ਤੇ ਪੈਸੇ ਵੀ ਆਪ ਤਾਇਆ ਕਰਦਾ ਹੈ। ਉਹਨਾਂ ਦੇ ਪਤੀ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਕਰਕੇ ਉਹਨਾਂ ਨੇ ਹੁਣ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਾਰਤ ਦੇ ਲਈ ਇਤਿਹਾਸਕ ਹੋਵੇਗਾ 7 ਅਗਸਤ ਇਸਰੋ ਲਾਂਚ ਕਰੇਗਾ ਨਵਾਂ ਰਾਕਟ ਜਿਸ ਦੀਆਂ ਵਿਸ਼ੇਸ਼ਤਾਵਾਂ ਚੈਨਲ ਦੇ ਭਾਈ ਸ਼ਾਰਟ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਤੇ 500 ਕਿਲੋਗ੍ਰam ਸਮਾਨ ਲਿਜਾਣ ਦੀ ਸਮਰੱਥਾ ਹੈ ਤੇ ਇਸ ਦੀ ਉਡਾਨ ਸਿਰਫ 22 ਮਿੰਟਾਂ ਦੇ ਵਿੱਚ SSL D1 ਤੇ ISO 2 ਸੈਟੇਲਾਈਟ ਦੇ ਆਰਬਿਟ ਦੇ ਵਿੱਚ ਰੱਖਿਆ ਜਾਵੇਗਾ 8 ਕਿਲੋ ਵਜ਼ਨ ਵਾਲੇ ਆਜਾਦ ਸੈਟੇਲਾਈਟ ਵਿੱਚ 75 ਫੇਮੋਟ ਪ੍ਰਯੋਗ ਅਤੇ 셀ਫੀ ਕੈਮਰੇ ਵੀ ਹੋਣਗੇ ਇਸ ਦੇ ਸੋਲਰ ਪੈਨਲਾਂ ਤੇ ਲੰਬੀ ਦੂਰੀ ਦੇ ਸੰਚਾਰ ਟਰਾਂਸਪੋਰਟਰਾਂ ਦੀ ਫੋਟੋ ਖਿੱਚਣ ਦੀ ਹੋਵੇਗੀ ਦਿਖਾਈ ਡਾਕਟਰ ਐਸਪੀ ਓਬਰਾਏ ਦੀ ਬਦੌਲਤ 10 ਵਿਦਿਆਰਥੀਆਂ ਨੇ ਇਸ ਸੂਰੂ ਸੈਟੇਲਾਈਟ ਮਿਸ਼ਨ ਵੇਖਣ ਲਈ ਭਰੀ ਉਡਾਣ ਨੇਕ ਕਮਾਈ ਦਾ 98% ਹਿੱਸਾ ਲੋੜਵੰਦਾਂ ਦੀ ਪੁਲਾਈ ਕਰਤਣ ਵਾਲੇ ਦਵਾਈ ਦੇ ਉਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਓਬੋਰਾਏ ਦੀ ਫਰਾਕ ਦਿੱਲੀ ਦੀ ਬਦੌਲਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ 10 ਹੋਣ ਹਦ ਵਿਦਿਆਰਥਣਾਂ ਨੇ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੇ ਵੱਲੋਂ ਹੀਰਾਕੋਟ ਵਿੱਚ ਆਜ਼ਾਦੀ ਦੀ 75ਵੀਂ ਬਰੇ ਗੰਢ ਦੀ ਖੁਸ਼ੀ 'ਚ ਦੇਸ਼ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ ਤੇ ਕਰਵਾਏ ਜਾ ਰਹੇ ਲਾਈਵ ਸੈਟਲਾਈਟ ਲਾਂਚ ਵੇਖਣ ਦਾ ਸੁਨਹਿਰੀ ਮੌਕਾ ਮਿਲਿਆ ਇਸ ਤੋਂ ਬਾਅਦ ਕੁੜੀਆਂ ਨੂੰ ਉੱਥੇ ਭੇਜਿਆ ਗਿਆ ਹੈ ਪੰਜਾਬੀ ਅਦਾਕਾਰ ਅਮਰਤਮਾਨ ਨੇ ਆਪਣੇ ਮਰਹੂਮ ਦੋਸਤ ਸਿੱਧੂ ਮੂਸੇਵਾਲਾ ਦੀ ਯਾਦ ਚੁ ਲਿਖਿਆ ਭਾਵੁਕ ਗੀਤ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਗਵੰਤ ਮਾਨ ਸਰਕਾਰ ਕੱਚੇ ਕੰਮੇ ਪੱਕੇ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਮੌਕੇ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ ਪਠਾਨ ਮਾਚਰਾ ਨੇ ਵੱਡਾ ਬਿਆਨ ਦਿੱਤਾ ਹੈ ਵਧਾਇਕ ਪਠਾਨ ਮਾਦਰਾਂ ਨੇ ਬਿਜਲੀ ਨਿਗਮ ਦਫ਼ਤਰ ਮੂਰਤ ਪਟੇ ਤਰਨਾਕਾਰੀਆਂ ਨੂੰ ਮਿਲ ਕੇ ਤਰਨਾ ਚੁੱਕਣ ਦੀ ਅਪੀਲ ਕੀਤੀ ਪੰਜਾਬ ਸਰਕਾਰ ਕਰੇਗੀ ਹਰ ਵਰਗ ਦੇ ਸਾਰੇ ਮਸਲਿਆਂ ਦਾ ਹੱਲ ਛੇਤੀ ਤੋਂ ਪਹਿਲਾਂ ਆਉਣ ਵਾਲੀਆਂ 5954 ਪੋਸਟਾਂ ਤੇ ਲਾਗੂ ਹੋਵੇਗਾ ਏਜ ਰਿਲੇਕਸ਼ਨ ਦਾ ਫੈਸਲਾ ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ ਇਸ ਵਾਰ ਉਮਰ ਹੱਦ ਫੈਸਲਾ ਆਉਣ ਵਾਲੀਆਂ 5994 ਈਟੀਟੀ ਪੋਸਟਾਂ ਤੇ ਲਾਗੂ ਹੋਵੇਗਾ ਫਰੀਦਕੋਟ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦੀ ਵੱਡੀ ਕਾਰਵਾਈ 78 ਗ੍ਰਾਮ ਨਸ਼ੀਲੇ ਪਾਊਡਰ ਦੇ ਸਮੇਤ ਜੇਲ੍ਹ ਸੁਪਰੀਡੈਂਟ ਹੀ ਗ੍ਰਿਫਤਾਰ ਕੀਤਾ ਗਿਆ ਹੈ ਨਿਊਯਾਰਕ ਦੇ ਵਿੱਚ ਖੁਦਕੁਸ਼ੀ ਕਰਨ ਵਾਲੀ ਮਨਦੀਪ ਕੌਰ ਤੇ ਰਾਗਵ ਚੱਡਾ ਵੱਲੋਂ ਟਵੀਟ ਕੀਤਾ ਗਿਆ ਜੀ ਉਹਨਾਂ ਨੇ ਕਿਹਾ ਜੀ ਇਸ ਦੁਖਦਾਈ ਖਬਰ ਨੇ ਸਾਨੂੰ ਚੰਝੋੜ ਕੇ ਰੱਖ ਦਿੱਤਾ ਹੈ ਕੁਲਦੀਪ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਵੱਲੋਂ ਚੱਕੀ ਪ੍ਰਭਾਵਿਤ ਖੇਤਰਾਂ ਦਾ ਕੀਤਾ ਗਿਆ ਦੌਰਾ ਚੰਨੀ ਕਿੱਥੇ ਭੱਜ ਗਿਆ ਆਪਣੇ ਆਪ ਨੂੰ ਹਰ ਕੰਮ ਦੇ ਸਮਰੱਥ ਦੱਸਣ ਵਾਲਾ ਹਾਰ ਤੇ ਪਿੱਛੋਂ ਨਜ਼ਰ ਨਹੀਂ ਆ ਰਿਹਾ 72ਵੇਂ ਰਾਜਪਦਰੀ ਵਣਮਹੱਤ ਸਮਾਉਂਕੇ ਕਰਵਾਏ ਗੇ ਰਾਜਪਦਰੀ ਸਮਾਗਮ ਦੀ ਪ੍ਰਧਾਨਗੀ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਇੰਨਾਂ ਪਾਰਟੀਆਂ ਦੇ ਆਗੂ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਨਮੋਸ਼ੀਜਨਕ ਹਾਰ ਦੇ ਸਦਮਾ ਅਜੇ ਤੱਕ ਸ਼ੌਕ ਦੇ ਵਿੱਚ ਨੇ ਉਹ ਬਾਰ ਹੀ ਨਹੀਂ ਆਏ ਉਹਨਾਂ ਨੇ ਕਿਹਾ ਜੀ ਚੰਨੀ ਸਿਆਸੀ ਘੇਰੇ ਤੋਂ ਉਹਨਾਂ ਦੀ ਗੈਰ ਹਾਜ਼ਰੀ ਤੇ ਉਂਗਲ ਉਠਾਈ ਉਹਨਾਂ ਨੇ ਕਿ ਅੱਜ ਸਭ ਕੁਝ ਕਰਨ ਦੇ ਸਮਰੱਥ ਹੋਣ ਦਾ ਦਾਵਾ ਕਰਨ ਵਾਲਾ ਇਹ ਕਾਂਗਰਸੀ ਆਗੂ ਵੋਟਾਂ ਦੇ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਡਬਲਯੂਜੀ 2022 ਪਹਿਲਵਾਨ ਦੀਪਕ ਪੂਨੀਆ ਨੇ ਰੈਸਲਿੰਗ 86 ਕਿਲੋ ਵਰਗ ਚ ਜਿੱਤਿਆ 골ਡ ਐਜੂਕੇਸ਼ਨ ਵਰਲਡ ਵਿੱਚ ਪਲੱਸ 1 ਪਲੱਸ 2 ਮੈਡੀਕਲ ਨਾਨ ਮੈਡੀਕਲ ਕਮਰਸ ਦੇ ਨਵੇਂ ਬੈਚ ਸ਼ੁਰੂ ਅਮਰਤਸਰ ਦੇ ਜੋੜਾ ਫਾਟਕ ਤੇ ਹੁਣ ਹੋ ਟਲਿਆ ਵੱਡਾ ਹਾਲਸਾ ਖੁੱਲੇ ਰੇਲਵੇ ਫਾਟਕ ਤੋਂ ਲੰਘੀਆਂ ਦੋ ਗੱਡੀਆਂ ਸੋ ਹੈਰਾਨ ਕਰ ਦੇਣ ਵਾਲੀ ਖਬਰ ਆ ਜਿੱਥੇ ਫਾਟਕ ਬੰਦ ਹੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਟ੍ਰੇਨ ਆ ਗਈ ਪੰਜਾਬ ਸਰਕਾਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਦੀ ਪੀਆਰ ਸਪੋਰਟ ਨੈਟਵਰਕ ਦੀ ਸ਼ੁਰੂਆਤ ਪੀ ਟ੍ਰਿਪਲ ਐਸ ਬੀ ਦੇ ਵਿੱਚ 1900 ਤੋਂ ਵੱਧ ਅਸਾਮੀਆਂ ਲਈ ਭਰਤੀ ਜਲਦੀ ਕਰੋ ਅਪਲਾਈ ਸਿਮਰਨਜੀਤ ਮਾਨ ਨੇ ਕੀਤਾ ਤਿਰੰਗਾ ਮਹਿੰਮ ਦਾ ਵਿਰੋਧ ਕਿਹਾ ਸਭ ਕੇਸਰੀ ਝੰਡਾ ਲਾਓ ਆਪ ਨੇ ਆਪਣੀ ਜਿੱਤ ਦੇ ਜਸ਼ਨ ਨੂੰ ਮਨਾਉਣ ਲਈ ਸਰਕਾਰੀ ਖਜ਼ਾਨੇ ਨੂੰ ਲਾਇਆ ਲੱਖਾਂ ਦਾ ਚੂਨਾ ਸੋ ਇਹ ਵੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਜਿੱਤ ਦੇ ਜਸ਼ਨ ਚ ਲੱਖ ਰੁਪਏ ਖਰਚੇ ਤੋਂ ਇਲਾਵਾ ਪਾਰਟੀ ਵਰਕਰਾਂ ਨੂੰ ਅੰਮ੍ਰਿਤਸਰ ਆਉਣ ਦੇ ਲਈ ਸਰਕਾਰੀ ਬੱਸਾਂ ਵਰਤੀਆਂ ਗਈਆਂ ਜਿਨ੍ਹਾਂ ਦਾ ਲੱਖ ਰੁਪਏ ਦਾ ਖਰਚਾ ਵੀ ਸਰਕਾਰੀ ਖਜ਼ਾਨੇ ਤੋਂ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸਿੱਧੀ ਭਰਤੀ ਲਈ ਮਿੱਥੀ ਉਮਰ ਹੱਦ ਵਿੱਚ ਛੋੜ ਦੇਣ ਦਾ ਫੈਸਲਾ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕਾਂ ਨੂੰ ਜਲਦੀ ਮਿਲੇਗੀ ਰਾਹਤ ਕੁਲਦੀਪ ਤਾਲੀਵਾਲ ਪਸ਼ੂ ਪਾਲਣ ਮੰਤਰੀ ਵੱਲੋਂ ਲੰਪਿਸਕਿਨ ਬਿਮਾਰੀ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਸੂਬੇ ਦੇ ਵਿੱਚ ਕਿਸੇ ਜ਼ਿਲ੍ਹੇ 'ਚ ਇਸ ਬਿਮਾਰੀ ਦੇ ਲਪੇਟ ਚ ਆਏ ਹਨ ਉਹਨਾਂ ਨੂੰ ਜਲਦੀ ਹੀ ਜਿਹੜਾ ਦੌਰਾ ਕਰਕੇ ਰਾਹਤ ਪਹੁੰਚਾਈ ਜਾਏਗੀ ਵਿਕਰਮ ਸਹਾਣੀ ਨੇ ਪੰਜਾਬ ਦੇ ਵਿੱਤੀ ਹਾਲਤ ਨੂੰ ਸੁਧਾਰਨ ਲਈ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ ਪਾਕਿਸਤਾਨ ਦੇ ਪੰਜਾਬ ਚ ਸਰਕਾਰ ਦਾ ਨਵਾਂ ਪ੍ਰਸਤਾਵ ਕੈਦੀਆਂ ਨੂੰ ਭਗਵਦ ਗੀਤਾ ਤੇ ਬਾਈਬਲ ਪੜ੍ਹਨ ਦੀ ਮਿਲੀ ਸ਼ੋਰਟ ਪਟਵਾਰੀਆਂ ਦੀਆਂ ਖਤਮ ਕੀਤੀਆਂ 1052 ਪੋਸਟਾਂ ਨੂੰ ਮੁੜ ਬਹਾਲ ਕਰਨ ਲਈ ਪ੍ਰਤਾਪ ਬਾਜਵਾਨ ਨੇ ਲਿਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਰਾਸ਼ਟਰ ਮੰਡਲ ਖੇਡਾਂ ਦੇ ਹੀਰੋ ਲਾਭਪ੍ਰਿਤ ਪਰ ਤੇ ਪੰਜਾਬ ਢੋਲ ਤੇ ਪੰਗੜੇ ਦੇ ਨਾਲ ਕੀਤਾ ਗਿਆ ਸਵਾਗਤ ਇਹ ਸੰਸੂਬੇ ਪੰਜਾਬ ਦੀ ਆਮਦ ਦੇ